ਸਲਮਾਨ ਖਾਨ ਤੇ ਐਸ਼ਵਰੀਆ ਨੇ ਗੁਪਚੁਪ ਕੀਤਾ ਸੀ ਨਿਕਾਹ ਹਨੀ ਮੰਤੇ ਗਏ ਸੀ ਨਿਊਯਾਰਕ ਜਾਨੋ ਇਸ ਪੂਰੀ ਗੱਲ ਦੀ ਸਚਾਈ ਸਲਮਾਨ ਖਾਨ ਜਿਨ੍ਹਾਂ ਨੂੰ ਬਾਲੀਵੁੱਡ ਦਾ ਦਬੰਗ ਖਾਨ ਵੀ ਕਿਹਾ ਜਾਂਦਾ ਤੇ ਸਲਮਾਨ ਖਾਨ ਦੀ ਜ਼ਿੰਦਗੀ ਚ ਇੱਕ ਅਜਿਹਾ ਸਮਾਵੀ ਸੀ ਚਦੋ ਐਸ਼ਵਰੀਆ ਰਾਏ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਸੀ ਦੋਵਾਂ ਦੇ ਫੈਨਸ ਚਾਹੁੰਦੇ ਸਨ ਕਿ ਉਹ ਵਿਆਹ ਕਰਵਾ ਲੈਣ ਹਾਲਾਂਕਿ ਫੇਰ ਇੱਕ ਇੰਡਸਟਰੀ ਦੇ ਗਲਿਆਰਿਆਂ ਤੋਂ ਇਹ ਅਫਵਾਹਾਂ ਆਉਣ ਲੱਗ ਪਿਆ ਸੀ ਕਿ ਸਲਮਾਨ ਖਾਨ ਅਤੇ ਸ਼ਵਰਾ ਰਾਏ ਨੇ ਸੀਕ੍ਰੀਟ ਵੈਡਿੰਗ ਕੀਤੀ ਹੈ ਦੋਹਾਂ ਸਿਤਾਰਿਆਂ ਨੇ ਇਹਨਾਂ ਅਫਵਾਹਾਂ ਦੇ ਉੱਤੇ ਕਦੇ ਵੀ ਕੋਈ ਰਿਐਕਸ਼ਨ ਨਹੀਂ ਦਿੱਤਾ ਤੇ ਨਾ ਹੀ ਕੋਈ ਪੁਸ਼ਟੀ ਕੀਤੀ ਪਰ ਅਜਿਹੀਆਂ ਗੱਲਾਂ ਹਮੇਸ਼ਾ ਸੋਸ਼ਲ ਮੀਡੀਆ ਤੇ ਆਉਂਦੀਆਂ ਰਹੀਆਂ ਕਿ ਉਹਨਾਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਫਿਰ ਅਫਵਾਹਾਂ ਆਈਆਂ ਕਿ ਐਸ਼ਵਰੀਆ ਰਾਏ ਨੇ ਸਲਮਾਨ ਖਾਨ ਨਾਲ ਪਿਆਰ ਕਰਕੇ ਅਸਲਾਮ ਕਬੂਲ ਕਰ ਲਿਆ ਅਤੇ ਮੁੰਬਈ ਦੇ ਲੋਨਾਵਲਾ ਸਥਿਤ ਬੰਗਲੇ ਵਿੱਚ ਇੱਕ ਕਾਜ਼ੀ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ ਸੀ ਜਿਸ ਵਿੱਚ ਉਹਨਾਂ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ ਖਬਰਾਂ ਦੇ ਵਿੱਚ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਤੇ ਐਸ਼ਵਰੀਆ ਰਾਏ ਦੇ ਮਾਤਾ ਪਿਤਾ ਇਸ ਵਿਆਹ 'ਚ ਸ਼ਾਮਿਲ ਨਹੀਂ ਹੋਏ ਸਨ ਫਿਰ ਅਫਵਾਹਾਂ ਆਈਆਂ ਕਿ ਐਕਸ ਕਪਲ ਹਨੀਮੂਨ ਲਈ ਨਿਊਯਾਰਕ ਗਿਆ ਸੀ ਅਤੇ ਮੁੰਬਈ ਵਾਪਸ ਆਉਣ ਤੋਂ ਬਾਅਦ ਉਹਨਾਂ ਨੂੰ ਇਕੱਠਿਆਂ ਦੇਖਿਆ ਗਿਆ ਸੀ ਇਸ ਅੱ체 ਹੈ ਕਿ ਐਸ਼ਵਰੀਆ ਰਾਏ ਦੇ ਮਾਤਾ ਪਿਤਾ ਸਲਮਾਨ ਖਾਨ ਨਾਲ ਉਸ ਦੇ ਵਿਆਹ ਦੇ ਖਿਲਾਫ ਸਨ ਨਿਖਾੜੀਆਂ ਅਫਵਾਹਾਂ ਨੇ ਸਾਬਕਾ ਮਸਵੜ ਦਿਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ ਜਦੋਂ ਆਸ਼ਵਰ ਰਾਏ ਦੇ ਵਿਆਧੀਆਂ ਆਫਵਾਹਾਂ ਸਾਹਮਣੇ ਆਈਆਂ ਤਾਂ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਆਪਣੀਆਂ ਫਿਲਮਾਂ ਨੂੰ ਲੈ ਕੇ ਚਿੰਤਾ ਕਰਨ ਲੱਗ ਪਏ ਇਹਨਾਂ ਖਬਰਾਂ ਤੋਂ ਬਾਅਦ ਆਸ਼ਵਰ ਰਾਏ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਸੀ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਸਲਮਾਨ ਖਾਨ ਨਾਲ ਆਪਣੇ ਸਿਕਰਟ ਵੈਡਿੰਗ ਦੀਆਂ ਖਬਰਾਂ ਦੇ ਉੱਤੇ ਰਿਐਕਸ਼ਨ ਵੀ ਦਿੱਤਾ ਤੇ ਉਸ ਦੇ ਉੱਤੇ ਨਰਾਜ਼ਗੀ ਵੀ ਜ਼ਾਹਤ ਸੀ ਐਸ਼ਵਰੇ ਰਾਇ ਨੇ ਆਦੋ ਕਿਹਾ ਸੀ ਜੇ ਕਰੋਨਾ ਦਾ ਵਿਆਹ ਹੁੰਦਾ ਤਾਂ ਪੂਰੀ ਇੰਡਸਟਰੀ ਨੂੰ ਪਤਾ ਹੋਵੇਗਾ ਦੱਸਦੀ ਹੈ ਕਿ ਬਾਲੀਵੁੱਡ ਸ਼ਾਦੀ.com ਦੇ ਅਨੁਸਾਰ ਅਦਾਕਾਰਾ ਨੇ ਅੱਗੇ ਕਿਹਾ ਸੀ ਕਿ ਉਹ ਉਹਨਾਂ ਲੋਕਾਂ ਵਿੱਚੋਂ ਨਹੀਂ ਹੈ ਜੋ ਅਸਲ ਫੈਕਟਸ ਤੋਂ ਇਨਕਾਰ ਕਰਦੇ ਹਨ ਅਤੇ ਜਦੋਂ ਵੀ ਉਹ ਵਿਆਹ ਕਰੇਗੀ ਉਹ ਪੂਰੇ ਮਾਣ ਨਾਲ ਆਪਣੇ ਵਿਆਹ ਬਾਰੇ ਦੁਨੀਆ ਨੂੰ ਦੱਸੇਗੀ ਐਸ਼ਵਰੇ ਰਾਇ ਨੇ ਕਿਹਾ ਸੀ ਕਿ ਪੂਰੀ ਇੰਡਸਟਰੀ ਨੂੰ ਪਤਾ ਨਹੀਂ ਹੁੰਦਾ ਅਜਿਹਾ ਹੋਇਆ ਹੁੰਦਾ ਇੰਡਸਟਰੀ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਐ ਇਸ ਤੋਂ ਇਲਾਵਾ ਮਾਂ ਦੇ ਹੱਥ ਸੇ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਵੀ ਟਾਈਮ ਨਹੀਂ ਮਿਲਿਆ ਸੀ ਮੈਂ ਅਜੇ ਹੀ ਨਹੀਂ ਹਾਂ ਜੋ ਵਿਆਗ ਵਰਗੀ ਵੱਡੀ ਚੀਜ਼ ਨੂੰ ਲੁਕਾਵਾ ਜਿਹਾ ਜਿਹਾ ਹੁੰਦਾ ਮੈਂ ਮਾਂ ਨਾਲ ਸਾਰੀ ਦੁਨੀਆ ਨੂੰ ਇਸ ਦਾ ਐਲਾਨ ਕਰਾਂਗੇ ਦੂਸਰਾ ਵਿਆਦਾ ਸਮਾਂ ਕਿੱਥੇ ਹੈ ਇਹ ਸਿਰਫ ਇੱਕ ਬਕਵਾਸ ਹੈ ਈਸ਼ਵਰਿਆ ਰਾਏ ਨਾਲ ਸੁਲਮਾਨ ਖਾਨ ਨਾਲ ਬ੍ਰੇਕਅਪ ਤੋਂ ਬਾਅਦ ਵਿਵੇਕ ਓਬਰਾਏ ਨੇ ਕੁਝ ਸਮੇਂ ਦੇ ਲਈ ਡੇਟ ਕੀਤਾ ਸੀ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਸੁਲਮਾਨ ਖਾਨ ਦਾ ਗੁੱਸਾ ਵਿਵੇਕ ਓਬਰਾਏ ਤੇ ਵੀ ਦੇਖਣ ਨੂੰ ਮਿਲਿਆ ਸੀਗਾ ਤੇ ਉਹਨਾਂ ਨੂੰ ਇੰਡਸਟਰੀ 'ਚੋਂ ਕੰਮ ਮਿਲ ਬੰਦ ਹੋ ਗਿਆ ਸੀਗਾ ਜਿਸ ਤੋਂ ਬਾਅਦ ਈਸ਼ਵਰਿਆ ਰਾਏ ਅਭਿਸ਼ੇਕ ਬਚਨ ਨਾਲ ਵਿਆਹ ਕਰਵਾ ਲਿਆ ਇਸ ਜੋੜੇ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਅਰਾਧਿਆ ਬਚਨ ਹੈ ਪਿਛਲੇ ਕੁਝ ਸਮੇਂ ਤੋਂ ਅਭਿਸ਼ੇਕ ਬਚਨ ਈਸ਼ਵਰਿਆ ਰਾਏ ਵਿਚਾਲੇ ਤਲਾਕ ਦੀਆਂ افواਹਾਂ ਚੱਲ ਰਹੀਆਂ ਨੇ ਜਿਸ ਦਾ ਅਭਿਸ਼ੇਕ ਬਚਨ ਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਖੰਡਨ ਕੀਤਾ